ਗੁਰੂ ਨਾਨਕ ਨੇ ਕਦ ਲਿਖਿਆ ਕਿਉਂਲੀ ਜਗੜ ਪੰਕਾ ਵਾ, ਇਹਦਾ ਲਿਆ ਹੋਇਆ ਸੀ, ਲੈ ਲਿਆ ਬਸ। ਇੱਥੇ ਹੈ ਨਹੀਂ ਕਿਸੇ ਕੋਲ ਪਤਾ ਉਹਨੂੰ ਚਿੰਤਾ ਕਿਉਂ ਲਈ ਜਗੜ ਬੰਕਾ ਪਾਈ ਕਹੀ ਹੈ, ਜੋ ਲਿਆ ਨਹੀਂ ਹੈ, ਲੈਣ ਤੋਂ ਪਹਿਲਾਂ ਦੀ ਗੱਲ ਕਰਦਾ, ਲੈ ਕੇ ਬਾਅਦ ਦੱਸੀਏ ਉਹ ਗੱਲ, ਮਨ ਜਿੱਤ ਕੇ ਬਾਅਦ ਦੱਸੀਏ, ਤੁਹਾਨੂੰ ਦੱਸੀਏ ਕਿਵੇਂ ਲਈਦਾ ਹੁੰਦਾ, ਮੈਂ ਕਿਵੇਂ ਜਿੱਤਿਆ, ਸਾਡੇ ਵਾਸਤੇ ਦੱਸਿਆ ਇਹ ਗੁਰਬਾਣੀ, ਸਾਡੇ ਵਾਸਤੇ ਐਂ ਐਂ ਮੇਰੇ ਨਾਲ ਪ੍ਰੋਬਲਮ ਆਈ ਸੀ, ਇੱਥੇ ਆ ਕੇ ਐਂ ਕਰੀਦਾ ਹੁੰਦਾ, ਕਿਉਂ ਲਈ ਜੈਕਟ ਬੰਕਾ ਪਾਈ ਦੁਆਵਰ ਕੋਟ ਔਰ ਤੇਵਰ ਖਾਈ, ਬਸ ਦੋ ਵਾਰ ਕੋਟ ਨੇ, ਇੱਕ ਤਾਂ ਆਹ ਸਾਡਾ ਸਰੀਰ ਹੈ, ਇਹ ਮਾਇਆ ਦਾ ਹੈ, ਇਹ ਵੀ ਸਾਡੇ ਵਿਰੋਧ 'ਚ ਹੈ, ਆਡੀ ਪਰਮਨ ਮਾਇਆ ਅੱਗੇ ਆਊਗਾ, ਮਾਇਆ ਵੀ ਵਿਰੋਧ ਕਰਦੀ, ਆਹ ਵੀ ਕੋਟ ਹੈ ਆਡੀ ਪਰਮਨ ਮਾਇਆ, ਪਹਿਲਾਂ ਇਹਨੂੰ ਲੰਘ ਕੇ ਜਾਣਾ, ਸਰੀਰ ਤੋਂ ਉੱਪਰ ਉੱਠਣਾ, ਉੱਪਰ ਦੀ ਲੰਘਣਾ, ਫਿਰ ਅੱਗੇ ਭਰਮ ਹੈ, ਹੁਣ ਜਿਹੜੀ ਬੁੱਧ ਪੂਰੀ ਕਰਨੀ ਹੈ, ਸਾਨੂੰ ਭਰਮ ਹੈ ਵੀ ਸਾਡੀ ਬੁੱਧ ਪੂਰੀ ਹੈ, ਪੂਰੀ ਪੂਰੀ ਕੋਈ ਨਹੀਂ ਹੈ, ਭਰਮ ਇਹ ਭਰਮ ਦੂਰ ਹੋਣਾ ਜਦ ਜਾਂ ਗੁਰੂ ਦੀ ਬੁੱਧੀ ਸਮਝ ਆਉਣ ਲੱਗਣੀ ਹੈ, ਜਾਂ ਗੁਰੂ ਵਾਲੀ ਗੁਰਮਤਿ ਸਮਝ ਆਉਣ ਲੱਗਣੀ ਹੈ, ਫਿਰ ਪਤਾ ਲੱਗੂ ਮੈਨੂੰ ਤਾਂ ਕੁਛ ਵੀ ਨਹੀਂ ਪਤਾ, ਫਿਰ ਸਮਝ ਆਉਣ ਲੱਗਣੀ ਹੈ ਵੀ ਇਹ ਗੱਲ ਤਾਂ ਮੇਰੀ ਅਕਲ 'ਚ ਨਹੀਂ ਆ ਸਕਦੀ, ਇਹ ਬਹੁਤ ਗਾਹਾਂ ਦੀ ਗੱਲ ਹੈ, ਇਹਦੀ ਬਰੀਕੀ ਦਾ ਜਾਂ ਪਤਾ ਲੱਗਣਾ, ਕਹਿੰਦੇ ਤਿੱਖੀ ਵਾਲੋ ਨਿੱਕੀ ਦਾ, ਫਿਰ ਸਮਝ ਆਊ ਵੀ ਦੁਨੀਆਂ ਦਾ ਕੋਈ ਇੰਨਾ ਬਰੀਕ ਗਿਆਨ ਹੈ ਹੀ ਨਹੀਂ, ਇੰਨੀ ਬਰੀਕੀ ਨਾਲ ਸਮਝ ਸਕਦੀ ਉਹ ਨਹੀਂ, ਵਿਵੇਕ ਬੁੱਧੀ ਬਿਨਾਂ, ਵਿਵੇਕ ਬੁੱਧ ਹੋਵੇ ਤਾਂ ਇਹਨੂੰ ਸਮਝੇ, ਵਿਵੇਕ ਬੁੱਧ ਦੀ ਕਰਤਾ ਹੈ, ਵਿਵੇਕ ਬੁੱਧ ਹੀ ਡਿਵੈਲਪ ਹੋ ਕੇ ਇਹਨੂੰ ਸਮਝੂ, ਇਹਦੇ ਨਾਲ ਬੁੱਧ ਡਿਵੈਲਪ ਹੋਊ। ਦੁਆ ਵਾਰ ਕੋਟ ਔਰ ਤੇਵਰ ਖਾਈ, ਬਾਸ ਰਹੋ ਦੀ ਪੰਕਤੀ ਹੈ, ਤਿੰਨ ਖਾਈਆਂ ਰਜੋ ਤਮੋ ਸਤੋ, ਇਹਦੇ ਵਿੱਚ ਤਿੰਨੇ ਲੋਕ ਨੇ, ਤਿੰਨੇ ਹੀ ਨੇ, ਇਹਨਾਂ ਦੇ ਵਿੱਚੋਂ ਨਿਕਲੇ ਕਿਵੇਂ ਬਾਹਰ, ਇਹਨਾਂ ਨੂੰ ਸਰ ਕਰਕੇ ਮਨ ਨੂੰ ਫੜਿਆ ਜਾ ਸਕਦਾ, ਇਹ ਰੁਕਾਵਟਾਂ ਨੇ, ਬਸ ਫਿਰ ਹੁਣ ਗਾਹਾਂ ਆਇਆ, ਦੁਆ ਵਾਰ ਕੋਟ ਔਰ ਤੇਵਰ ਖਾਈ, ਚਲੋ ਇਹ ਤਾਂ ਹੋ ਗਏ, ਹੁਣ ਗਾਹਾਂ 'ਚ ਕਿਲੇ ਦੇ ਵਿੱਚ ਰਹਿਣ ਵਾਲੇ, ਕਿਲੇ ਦੇ ਵਿੱਚ ਨਾ ਬਣਨ ਦੇਣ ਵਾਲੇ, ਕਿਲੇ ਨੂੰ ਮਜ਼ਬੂਤ ਬਣਾਉਣ ਵਾਲੇ, ਉਹ ਕੌਣ ਨੇ? ਉਹ ਔਗਣ ਨੇ, ਵਿਕਾਰ ਨੇ, ਬੁੱਧੀ ਨੇ ਵਿਕਾਰ ਘਰਜੇ ਵਾੜੇ ਨੇ ਆਪਣੇ ਰੱਖੇ ਹੋਏ ਨੇ, ਮਨ ਮਨ ਵਿਕਾਰਾਂ ਦਾ, ਮਨ ਵਿਕਾਰੀ ਹੈ, ਮਨ ਹੈ ਹੀ ਵਿਕਾਰੀ, ਮੁੰਡਾ ਬਾਹਰ ਮਤਲਬ ਹੈ ਲਫੈਂਡਾ ਨਾਲ ਹੈਗਾ, ਨਸ਼ੇ ਕਰਨ ਵਾਲਿਆਂ ਨਾਲ ਤਸਕਰਾਂ ਨਾਲ ਫਿਰਦਾ, ਅਤੇ ਮਾਂ ਕਿਆ ਕਰੇ, ਮਾਂ ਨੂੰ ਪਤਾ ਵੀ ਹੈ, ਮਾਂ ਵੀ ਸਮਾਂ ਕਹਿੰਦੀ ਹੈ ਵਧੀਆ, ਬੜੇ ਪੈਸੇ ਆਉਂਦੇ ਨੇ, ਖੁਸ਼ ਹੈ, ਬਹੁਤ ਸਾਰੀਆਂ ਮਾਵਾਂ ਖੁਸ਼ ਨੇ, ਪੁੱਛੋ ਚਾਹੇ ਪਛਤਾਉਣ, ਪੈਸੇ ਆਉਂਦੇ ਨੇ, ਘਰ ਵਾਲੀਆਂ ਖੁਸ਼ ਨੇ, ਨਾਲ ਤਸਕਰੀ ਕਰਦੀਆਂ ਨੇ, ਜਨਾਨੀਆਂ ਫੜੀਆਂ ਨਹੀਂ ਜਾਂਦੀਆਂ, ਉਹੀ ਤਾਂ ਕੋਈ ਗੱਲ ਹੈ, ਆਹੀ ਉਹੀ ਤਸਕਰ ਹੈ, ਹੋਰ ਕੀ, ਇਹ ਵੀ ਤਸਕਰ ਹੈ। ਹੁਣ ਮਨ ਔਰ ਬੁੱਧੀ ਦੋਏ ਰਲੇ ਹੋਏ ਨੇ, ਮਨ ਨੂੰ ਵਿਕਾਰ ਛਡਾ ਨਹੀਂ ਰਹੀ ਬੁੱਧੀ,
ਖਿਲਾਫ ਨਹੀਂ ਹੈ। ਜੇ ਖਿਲਾਫ ਹੈ ਮਾੜੀ ਮੋਟੀ ਹੈ ਕਦੇ ਕਦੇ, ਪੂਰੀ ਸਟ੍ਰਿਕਟਲੀ ਖਿਲਾਫ ਨਹੀਂ। ਰੋਜ਼ ਉਹਨੂੰ ਨਹੀਂ ਸਮਝਾਉਂਦੀ ਵੀ ਇਹ ਗੱਲ ਐਨੀ ਇਹ ਗੱਲ ਮਾੜੀ ਹੈ ਫਲਾਨਾ ਢਿਮਕਾ, ਵੀ ਉਹ ਮਸਾਲਾ ਦੇਣੀ ਉਹ ਦੇਖ ਲਓ ਉਹਨਾਂ ਦਾ ਘਰ ਉੱਜੜਿਆ ਉਹਨਾਂ ਦਾ। ਜੇ ਤਾਂ ਐਂ ਸਮਝਾਵੇ ਜਿਵੇਂ ਗੁਰਬਾਣੀ ਸਮਝਾਉਂਦੀ ਹੈ ਫਿਰ ਤਾਪੇ ਹਟ ਜੇ, ਸਮਝਾਉਂਦੀ ਉਹ ਨਹੀਂ। ਉਹਨੂੰ ਅਕਲ ਇਹ ਨਹੀਂ ਹੈ, ਅਸਲ ਬੇਅਕਲ ਹੈ। ਅਕਲ ਇੱਥੋਂ ਆ ਰਹੀ ਹੈ ਗੁਰੂ ਤੋਂ। ਅਕਲ ਨੂੰ ਵੀ ਤੈਂ ਕਿਵੇਂ ਆਪਣਾ ਮਨ ਸਮਝਾਉਣਾ, ਉਹ ਗੁਰਬਾਣੀ ਦੀ ਕਥਾ ਦੱਸ ਰਹੀ। ਕਬੀਰ ਵੀ ਕਹਿੰਦਾ ਮਨ ਸਮਝਾਵਣ ਕਾਰਨ ਕਛੁਕ ਪੜ੍ਹੀਏ ਗਿਆਨ। ਅਕਲ ਨੂੰ ਕਹਿੰਦਾ ਕੋਈ ਗਿਆਨ ਪੜ੍ਹ ਲੈ, ਪੜ੍ਹਨਾ ਪੈਂਦਾ ਤਾਂ ਮਨ ਸਮਝਦਾ, ਐਵੇਂ ਨਹੀਂ ਸਮਝਦਾ। ਸਭ ਗੱਲ ਕਬੀਰ ਦੀ ਦੱਸੀ ਹੋਈ ਹੈ। ਅਤੇ ਦੁਆਏ ਵਰ ਕੋੜਾ ਤੇ ਵਰ ਖਾਈ, ਤਿੰਨਾਂ ਗੁਣਾਂ ਜੁੜ ਜੇ ਹੋਏ ਨੇ ਰਜੋ ਤਮਸੋ ਤਾਂ ਤਿੰਨੇ ਮਾਇਆ ਹੈ, ਤਾਂ ਇਹਦੇ ਵਿੱਚ ਉੜ ਜੇ ਨੇ ਸਾਰੇ। ਸਤਗੁਣ ਤਾਂ ਗਾਂ ਹੈ ਹੀ ਨਹੀਂ ਕੋਈ ਸੰਤ, ਤੁਰੀ ਗਿਆ ਫਿਰ ਅੱਗੇ, ਉਹ ਤਾਂ ਗੱਲ ਨਹੀਂ ਕਰਦੇ। ਤੁਰੀਆ ਦੇ ਵਿੱਚ ਕੋਈ ਵਿਰਲਾ ਜਾਂਦਾ। ਇਹ ਹੁਣ ਜਿਹੜੇ ਤੁਰੀਆ 'ਚ ਨਹੀਂ ਗਏ, ਇਹ ਤੁਰੀਏ ਦੀ ਗੱਲ ਕਿਉਂ ਕਰਨਾ? ਉਹ ਲੱਗਾ ਤੂੰ ਕਿਉਂ ਨਹੀਂ ਗਿਆ, ਫਿਰ ਆਪ ਛੋਟੇ ਬਣਦੇ ਨੇ। ਬੱਲੇ ਛੱਡਤੀ ਤੁਰੀਆ ਦੀ ਗੱਲ, ਛੱਡਤੀ ਇਹਨਾਂ ਨੇ। ਹੁਣ ਤੁਰੀਆ ਦੀ ਗੱਲ ਉਹ ਕਹਿ ਰਹੇ ਆ, ਕਿਉਲੀ ਜਗੜ ਬੰਕਾ ਪਾਈ, ਇਹਨਾਂ ਦੀ ਗੱਲ ਛੱਡੀ ਹੋਈ ਹੈ ਸਾਰਿਆਂ ਨੇ। ਇਹਦਾ ਇਮਾਨਦਾਰੀ ਵੀ ਛੱਡੀ ਹੈ ਇਹਨਾਂ ਨੇ, ਮਾੜੀ ਮੋਟੀ ਗੱਲ ਕਰਦੇ ਨੇ, ਤੜੇ ਬੰਦੀਆਂ ਨੇ। ਫਿਰ ਕਹਿੰਦਾ ਮੇਰੇ ਖਿਲਾਫ ਕੌਣ ਨੇ? ਪਾਂਚ ਪੱਚੀਸ, ਪਾਂਚ ਲਫ਼ਜ਼ ਵਰਤਿਆ, ਪੰਜ ਨਹੀਂ ਵਰਤਿਆ ਇੱਥੇ ਵੀ। ਇੱਥੇ ਵੀ ਫਾਈਵ ਅਰਥ ਹੈ, ਪਾਂਚ ਵਰਤਿਆ, ਪੰਜ ਨਹੀਂ ਵਰਤਿਆ। ਪੰਜ ਦਾ ਅਰਥ ਪੰਜ ਹੁੰਦਾ ਹੀ ਨਹੀਂ, ਗਲਤ ਹੈ। ਪਾਂਚ ਪੱਚੀਸ, ਪੰਜ ਵਿਕਾਰ ਨੇ, ਪੱਚੀ ਕਿਸਮ ਦੇ ਉਹਨਾਂ ਦੇ ਸੁਭਾਅ ਬਣ ਜਾਂਦੇ ਨੇ। ਕਿਉਂ? ਕ੍ਰੋਧ ਮੋਹ ਦੇ ਨਾਲ ਰਲ ਗਿਆ, ਦੋਹਾਂ ਦਾ ਇਕੱਠਾ ਸੁਭਾਅ ਇੱਕ ਹੋਰ ਪੈਦਾ ਹੋ ਗਿਆ। ਕ੍ਰੋਧ ਲੋਭ ਨਾਲ ਰਲ ਗਿਆ, ਰੂਪ ਹੋਰ ਹੋ ਗਿਆ। ਜਦ ਇੱਛਾ ਪੈਦਾ ਹੁੰਦੀ ਹੈ ਨਾ, ਮੇਰੇ ਗੱਡੀ ਚਾਹੀਦੀ ਹੈ, ਮੈਨੂੰ ਮੇਰਾ ਪੜਾਅ ਚਾਹੀਦਾ, ਸ਼ੈਤਾਨ ਹੈ ਉਹ, ਅਤੇ ਸ਼ੈਤਾਨ ਹੈ। ਕਿਉਂ ਚਾਹੀਦੀ ਹੈ? ਕਮਾ ਗਲਤ ਤਰੀਕੇ ਨਾਲ ਕਿਉਂ ਚਾਹੀਦੀ ਹੈ? ਕਮਾਉਣ ਨੂੰ ਕਹਿੰਦੀ ਹੈ ਗੁਰਬਾਣੀ, ਉੱਧਮ ਕਰਨਦਿਆਂ ਜੀ ਉਹ ਕਮਾਉਂਦਿਆਂ ਸੁੱਖ ਪਹੁੰਚਿਆ। ਜਾਂ ਉੱਧਰ ਨੂੰ, ਉੱਧਰ ਨੂੰ ਜਾ ਕੇ ਇੱਧਰ ਨੂੰ ਕਿਉਂ ਜਾਂਦੇ ਨੇ? ਬਦਮਾਸ਼ ਇੱਧਰ ਨੂੰ ਜਾਂਦੇ ਹੁੰਦੇ ਨੇ, ਆਸ਼ਨ ਇੱਧਰ ਨੂੰ ਜਾਂਦੇ ਨੇ, ਗਲਤ ਤਰੀਕੇ ਨਾਲ ਲੜ ਕੇ ਕਬਜ਼ਿਆਂ 'ਤੇ ਜਾ ਕੇ, ਕਬਜ਼ੇ ਦੁਆ ਕੇ ਵਿੱਚ ਹਿੱਸੇ ਲੈ ਕੇ। ਗੁਰੂਆਂ ਦਾ ਕੰਮ ਹੈ, ਤਤਖਾਲੇ ਦਾ ਕੰਮ ਹੈ, ਇਹਦਾ ਬਦਮਾਸ਼ਾਂ ਦਾ ਕੰਮ ਹੈ। ਪਹਿਲਾਂ ਬਦਮਾਸ਼ ਕਰਦੇ ਤੇ ਹੁਣੇ ਬਾਣਾ ਪਾ ਕੇ, ਬਾਣਾ ਹੀ ਪਾਇਆ, ਗੱਲ ਤਾਂ ਸੁਭਾਅ ਤਾਂ ਬਦਮਾਸ਼ਾਂ ਵਾਲਾ ਹੀ ਹੈ, ਬਾਣਾ ਹੀ ਪਾਇਆ। ਇਹ ਬਾਣੇ ਦੇ ਵਿੱਚ ਜਾਣੀ ਥੋੜ੍ਹੇ ਲੁਕੇ ਹੋਏ ਨੇ, ਇੱਜ਼ਤ ਵੀ ਹੈ ਨਾਲ, ਉਹ ਬਦਮਾਸ਼ਾਂ ਦੀ ਇੱਜ਼ਤ ਹੁੰਦੀ ਨਹੀਂ। ਮਾੜੀ ਮੋਟੀ ਉਹ ਮਾੜਾ ਮੂੜਾ ਫੇਰ ਲੈਂਦੇ ਨੇ, ਚਲੋ ਜੀ ਦਿਖਾਵਾ ਜਿਹਾ ਹੈਗਾ ਹੀ ਹੈ ਥੋੜ੍ਹਾ ਬਹੁਤਾ, ਅਸੀਂ ਧਾਰਮਿਕ ਹਾਂ,
ਪਰ ਸੁਭਾਅ ਕਿਹੜਾ, ਕਰਨਾ ਕੀ ਸੀ, ਕਰਦੇ ਕੀ ਹੋ, ਇਹ ਵੀ ਤਾਂ ਦੁਨੀਆਂ ਜਾਣਦੀ ਹੈ, ਦੁਨੀਆਂ ਨਹੀਂ ਜਾਣਦੀ। ਪਰ ਉਹ ਜਿਹਾ ਕੋਲ ਬਹਿੰਦੇ ਨੇ ਇਹ ਬੈਠਣ ਉੱਠਣ, ਸ਼ਰੀਫ ਆਦਮੀਆਂ ਦੇ ਨਾਲ ਹੀ ਹੈ, ਉਹ ਜਿਹਾ ਨਾਲ ਬੈਠਣ ਉੱਠਣ, ਜਿਹੜੇ ਪਬਲਿਕ ਦੇ ਲੋਕ ਨੇ ਨਾ, ਇਹਨਾਂ ਦੇ ਕੋਲ ਬੈਠਣ ਉੱਠਣ ਵਾਲੇ ਵੀ ਉਹੋ ਜਿਹੇ ਹੀ ਨੇ। ਉਹ ਜਿਹੜੇ ਸੀ ਨਾ ਦਾਨੇ ਆਦਮੀ ਸਾਡੇ ਨਾਲ, ਉਹ ਨਹੀਂ ਉਹਨਾਂ ਨਾਲ ਕੋਈ ਵੀ ਅਟੈਚ। ਹਾਂ, ਉਹ ਠੱਗੀਆਂ ਮਾਰਨ ਵਾਲੇ ਨੂੰ ਘਰ ਵੜਨ ਦਿੰਦੇ ਨੇ, ਉਹ ਨਹੀਂ ਕਰਦੇ। ਇਸ ਕਰਕੇ ਲੋਕ ਟੁੱਟਦੇ ਜਾਂਦੇ ਨੇ। ਆ ਜਿਹੜੇ ਬੈਠੇ ਨੇ ਕਿਸਾਨ, ਸਭ ਜਾਣ ਕੇ ਵੀ ਉਹ ਇਹ ਤਾਂ ਪਹਿਲਾਂ ਉਹਨੂੰ ਭੁਲੇਖਾ ਸੀ, ਕਹਿੰਦੇ ਨੇ ਤਾਂ ਬੰਦਾ ਹੀ ਨਹੀਂ ਕੋਈ, ਮੈਨੂੰ ਕਿਹਾ ਉਹਨਾਂ ਨੇ। ਉਹ ਮੈਂ ਕਿਹਾ ਇਹਨਾਂ 'ਚ ਬਾਈ ਹੈ ਨਹੀਂ, ਮੈਨੂੰ ਪਤਾ ਇਹ ਨਹੀਂ ਹੈ ਇਹਨਾਂ 'ਚ ਕੋਈ। ਮੈਂ ਹੁੰਦਾ, ਮੈਂ ਕਿਉਂ ਛੱਡ ਕੇ ਜਾਂਦਾ ਜਿਹੜਾ ਹੁੰਦਾ, ਜੇ ਹੋਊ ਮੈਂ ਕਿਹਾ ਆਪੇ ਆਜੂ। ਅਸੀਂ ਕਿਹੜਾ ਵੱਟ ਪਾਈ ਹੋਈ ਹੈ, ਹਾਲਤ ਹੀ ਸਾਨੂੰ ਕੋਈ ਦੀਦਾ ਨਹੀਂ, ਜਿਹੜਾ ਹੋਊ ਆਜੂ, ਮੇਰੇ ਖਾਤਰ ਆਉਣਾ, ਗੁਰੂ ਖਾਤਰ ਆਉਣਾ। ਜਿਹਨੇ ਕੰਮ ਕਰਨਾ ਰਲ ਕੇ, ਜੋ ਗੁਰੂ ਪਹਿਲਾਂ ਹੁੰਦਾ ਆਇਆ, ਪੰਥ ਦੁਬਾਰਾ ਪੰਥ ਚਲਾਉਣਾ, ਪੰਥ ਚਲੇ ਤਬ ਜਗਤ ਮੈਂ, ਜਬ ਤੂੰ ਕਰੋ ਸਹਾਇ, ਚਲੂ ਕਿਵੇਂ। ਸਹਾਇ ਤੋਂ ਆ ਕੇ ਖੜ ਗਿਆ, ਆਪੇ ਚੱਲ ਪਊ ਜਾ ਚਲਾਉਣਾ, ਸਾਡੀ ਜ਼ਿੰਮੇਵਾਰੀ ਕੋਈ ਨਹੀਂ ਹੈ, ਆਪੇ ਚੱਲ ਪਊ। ਜਿਹਨੇ ਆਉਣਾ ਬਥੇਰੇ ਆ ਜਾਣਗੇ, ਨਹੀਂ ਆਉਣਾ ਨਾ ਆਵੇ। ਪਰ ਉਹਦਾ ਅੱਗਾ ਚੰਗਾ ਨਹੀਂ ਹੈ ਹੁਣ, ਜਦੋਂ ਕੋਈ ਬੋਲਣ ਲੱਗ ਜਾਏ ਨਾ, ਗਾਂ ਤੋਂ ਗੱਲ ਨਾ ਆਵੇ, ਜਾਂ ਕੋਈ ਸਵਾਲ ਕਰੇ ਗੁਰੂ ਦਾ, ਗਾਂ ਗੱਲ ਨਾ ਆਵੇ, ਕਿੰਨਾ ਕੁ ਚਿਰ ਚੁੱਪ ਕਰੂਗਾ। ਜਾਂ ਤਾਂ ਛੱਡ, ਕੰਮ ਤੋਂ ਕੰਮ, ਬੁਰੇ ਕੰਮ ਤਾਂ ਛੱਡੂ, ਏ ਚਲੋ ਛੱਡੋ, ਬੁਰੇ ਕੰਮ ਛੱਡ ਦੇਣ, ਇੰਨਾ ਵੀ ਬਹੁਤ ਹੈ। ਗਾਂ ਨੂੰ ਤਾਂ ਨਾ ਕਰਨ, ਜੋ ਪਿੱਛੇ ਹੋ ਗਏ ਖਸਮਾਂ ਨੂੰ ਖਾਧੇ, ਗਾਂ ਨੂੰ ਤਾਂ ਛੱਡ ਦੇਣ, ਇੰਨਾ ਹੀ ਬਥੇਰਾ। ਪਰ ਜੇ ਨਾ ਛੱਡਣ ਫਿਰ, ਜੋ ਹੀ ਕੰਮ ਰੱਖਣ ਫਿਰ, ਜੇ ਇੱਕ ਦੂਰਾਂ ਦੁਸ਼ਮਣੀ ਗੋਲੀਆਂ ਫਿਰ ਵੀ ਮਾਰਨ, ਫਿਰ ਚੰਗੀ ਗੱਲ ਹੈ। ਫਿਰ ਜਿਹੜਾ ਮਾਰੂਗਾ, ਫਿਰ ਉਹਨੂੰ ਕਹਿ ਦਾਂਗਾ ਅਸੀਂ ਮਾਰਾਂਗੇ ਤੈਨੂੰ, ਹੁਣ ਮਾਰ ਕੇ ਦਿਖਾ ਕਿਹਨੂੰ ਮਾਰਦਾ ਤੂੰ, ਇਹੀ ਕਹਿਣਾ ਪਊ। ਫਿਰ ਅਟਣਗੇ, ਫਿਰ ਭਲੇ ਮਾਣਸੇ ਆਉਣਗੇ, ਪੂਰੇ ਬੋਲਣਾ ਹੀ ਪਊਗਾ ਵੀ ਇਹ ਬੈਠਾ, ਇਹ ਹੱਥ ਚੁੱਕੇ ਪਹਿਲਾਂ, ਅਸੀਂ ਜ਼ਿੰਮੇਵਾਰ ਹਾਂ, ਜਿਹੜਾ ਵਾਅਦਾ ਕਰੋ ਅਸੀਂ ਉਹਦੇ ਖਿਲਾਫ ਹਾਂ। ਜਿਹਦੀ ਗੱਲ ਸੁਣ ਲਈ ਕਿਤੇ ਕਰਦਾ, ਮੂੰਹ ਤੋਂ ਜਦੇ ਪੁੱਛ ਲਓ ਵੀ ਭਾਈ ਆਹ ਗੱਲ ਆਈ ਹੈ, ਦੱਸ ਕਿਉਂ ਆਈ ਹੈ, ਆਪੇ ਸਿੱਧੇ ਹੋ ਜਾਣਗੇ। ਕੋਈ ਸੁਲਾਹ ਕਰਾਉਣ ਵਾਲਾ ਹੈ ਹੀ ਨਹੀਂ, ਮਰਵਾਉਣ ਵਾਲੇ ਨੇ ਇੱਕ ਦੂਏ ਨੂੰ, ਮਰਵਾਉਣ ਗਿਆ ਚੁੱਪ ਨੇ, ਕਿਹੜਾ ਦੂਏ ਦੀ ਦੂਆ ਸੁਣਦਾ ਮੰਨਦਾ। ਪਤਾ ਨਹੀਂ ਕੀ ਸੋਚ ਕੇ ਕਿੱਦੋਂ ਜਾ ਰਹੇ ਨੇ, ਕੀ ਕਹਾਂ ਖੱਟਣ ਨੂੰ ਕੀ ਹੈ, ਕਹਾਂ ਖੱਟਣ ਨੂੰ ਕੀ ਹੈ ਜਦੋਂ ਜਾ ਰਹੇ ਨੇ। ਆਪ ਜੀ ਮਰ ਜਾਓਗੇ ਲੜ ਕੇ, ਹੋਰ ਤਾਂ ਕੁਝ ਨਹੀਂ, ਦੂਜੇ ਨੂੰ ਤਾਂ ਪੈ ਰਿਹਾ ਹੀ ਨਾ ਫਿਰ ਤੁਹਾਡਾ, ਜਿਹਦੇ ਘਰ 'ਚ ਫੁੱਟ ਪੈ ਜਾਏ ਦੂਜੇ ਨੂੰ ਪੈ ਰਹਿੰਦੀ ਹੈ, ਨਹੀਂ ਰਹਿੰਦੀ। ਕਿਉਂ ਫੁੱਟ ਪਈ, ਗੁਰੂ ਦਾ ਲੜ ਛੱਡਤਾ, ਇੱਕ ਦਾ ਲੜ ਛੱਡਤਾ, ਇੱਕ ਏਕਤਾ, ਏਕਤਾ ਇੱਕ ਦਾ ਲੜ ਫੜੇ 'ਤੇ ਹੁੰਦੀ ਹੈ, ਜਾਂ ਲੜ ਛੱਡਤਾ ਆਪਣੀ ਆਪਣੀ ਮਰਜ਼ੀ ਚੱਲ ਵੀ ਚੈ ਸੰਸਾਰੀ
ਸੰਸਾਰੀ ਸੁਭਾਅ, ਗੁਰੂ ਵਾਲੀ ਗੱਲ ਹੀ ਨਹੀਂ ਹੈ, ਗੁਰੂ ਵਾਲਾ ਸੁਭਾਅ ਹੀ ਨਹੀਂ ਹੈ, ਗੁਰੂ ਵਾਲਾ ਜਿਗਰਾ ਹੀ ਨਹੀਂ ਹੈ, ਗੁਰੂ ਵਾਲੀ ਦਇਆ ਹੀ ਨਹੀਂ ਹੈ, ਗੁਰੂ ਵਾਲਾ ਕਰਮ ਹੀ ਨਹੀਂ ਹੈ, ਗੁਰੂ ਵਾਲੀ ਸੋਚ ਹੀ ਨਹੀਂ ਹੈ। ਫਿਰ ਨਹੀਂ ਹੈ ਭਾਈ, ਬਾਣਾ ਤਾਂ ਲਾ ਦਿਓ, ਛੱਡੋ ਪਰੇ। ਜੇ ਨਹੀਂ ਲੈਂਦਾ, ਜੇ ਬੋਝ ਨਹੀਂ ਚੱਕਦਾ, ਜੇ ਬੋਰੀ ਨਹੀਂ ਚੱਕ ਹੁੰਦੀ, ਜੱਫਾ ਕਿਉਂ ਮਾਰਿਆ, ਛੱਡ ਕੇ ਪਾਸੇ ਹੋ ਜਾਓ। ਜੇ ਆਪਾਂ ਨੂੰ ਪਤਾ ਬੋਰੀ ਆਪਾਂ ਤਾਂ ਨਹੀਂ ਚੱਕ ਹੁੰਦੀ, ਗੁਰਮਤਿ ਦਾ ਜਿਹੜੀ ਪੰਡ ਸਾਤੇ ਨਹੀਂ ਚੁੱਕ ਹੋਣੀ, ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ, ਪਰੇ ਹੋ ਜਾਓ ਪੰਡ, ਜ਼ਰੂਰ ਤੁਸੀਂ ਜੂਝੀ ਜਾਣਾ ਉਹਦੇ ਨਾਲੇ ਆਪਣੀ ਬੇਇੱਜ਼ਤੀ ਕਰਾਉਂਦੇ ਹੋ, ਨਾਲੇ ਗੁਰੂ ਦੀ ਨਿੰਦਿਆ ਹੁੰਦੀ ਹੈ, ਗੁਰੂ ਦੀ ਇੱਜ਼ਤ ਘੱਟਦੀ ਹੈ, ਨਾਲੇ ਗੁਰੂ ਨਾਰਾਜ਼ ਹੁੰਦਾ ਹੈ, ਦੱਸ ਲਾਭ ਕੀ ਹੁੰਦਾ। ਉਹ ਜਿਹੜਾ ਹੋ ਰਿਹਾ ਹੁਣ ਨਹੀਂ ਕਿਸੇ ਨੇ ਕਵਜਾਂ 'ਤੇ ਜਾਣ ਦੇਣਾ। ਆਹੋ ਹੁਣ ਭਜਾਇਆ ਕਰਨਗੇ ਅਗਲੇ ਇਹਨਾਂ ਨੂੰ, ਉਹ ਗੱਲਾਂ ਗਈਆਂ ਬਸ, ਉਹ ਪੜ੍ਹਦਾ ਹੀ ਹੁੰਦਾ ਹੈ, ਜਾਂ ਪੜ੍ਹਦਾ ਚੱਕਿਆ ਜਾਵੇ ਫਿਰ। ਫਿਰ ਪੁਲਿਸ ਜਾਣ ਲੱਗ ਜੂ ਪਹਿਲਾਂ ਹੀ, ਹੁਣ ਤਾਂ ਪੁਲਿਸ ਵਾਲੇ ਮਿਲ ਕੇ ਕਰਦੇ ਨੇ ਇਹਨਾਂ ਨਾਲ, ਹਟ ਜੂਗੇ ਸਾਰੇ ਹਟ ਜਾਣਗੇ, ਸਾਰੇ ਲੀਡਰ ਹਟ ਜਾਣਗੇ, ਇਹ ਨਹੀਂ ਕੰਮ ਕਰ ਸਕਦੇ ਤੁਸੀਂ। ਉਹ ਹਾਲਤ ਜਿਹੜੀ ਕਬੀਰ ਵੇਲੇ ਹੈ, ਉਹ ਹਾਲਤ ਅੱਜ ਵੀ ਹੈ। ਸਵਾਲ ਹੈ ਅੱਜ ਉਹ ਹਾਲਤ ਕਿਉਂ ਹੈ? ਵਿਚਾਲੇ ਤਾਂ ਸਾਡੇ ਇੰਨੇ ਗੁਰੂ, ਇੰਨੀਆਂ ਸ਼ਹੀਦੀਆਂ ਹੋ ਗਈਆਂ, ਉਹ ਸ਼ਹੀਦੀਆਂ ਕਿਸ ਅਰਥ ਆਈਆਂ ਸਾਡੀਆਂ ਅੱਜ? ਜੇ ਅੱਜ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਵੀ ਸਾਤੇ ਪ੍ਰਚਾਰ ਗਲਤ ਹੋ ਗਿਆ, ਔਰ ਅਕਾਲੀ ਦਲ ਦਾ ਆਹ ਹਾਲ ਹੈ, ਸਾਰੇ ਬੇਈਮਾਨ ਦੁਨੀਆ ਭਰ ਦੇ ਅਕਾਲੀ ਦਲ 'ਚ ਨੇ, ਜਿਹਨਾਂ ਅਗਵਾਈ ਸਿੱਖੀ ਦੀ ਕੀਤੀ, ਸਿੱਖੀ ਦਾ ਉਹਨਾਂ 'ਤੇ ਵੋਟਾਂ ਨਹੀਂ ਆ, ਇਹ ਹਾਲਤ ਕਿਉਂ ਹੋਈ, ਕਦ ਹੋਈ, ਇਹਦਾ ਜ਼ਿੰਮੇਵਾਰ ਕੌਣ ਹੈ? ਗੱਲ ਤਾਂ ਇਹਦੀ ਵਿਚਾਰ ਦੀ ਲੋੜ ਹੈ। ਸਿੱਖੀ ਕਿੱਥੇ ਗਈ, ਕਿਉਂ ਨਹੀਂ ਰਹੀ? ਕਿੰਨੇ ਕਰੋੜ, 100 ਕਰੋੜ ਰੁਪਈਆ ਸਿੱਖੀ ਦੇ ਨਾਂ 'ਤੇ ਦਾਨ ਹੁੰਦਾ ਹੈ, ਕਿੱਥੇ ਜਾਂਦਾ ਹੈ? ਸਿੱਖੀ ਖਤਮ ਹੁੰਦੀ ਜਾਂਦੀ, ਇਹਦਾ ਕਾਰਨ ਕੀ ਹੈ? ਜਿਹੜੇ ਸਿੱਖਾਂ ਦੇ ਆਪਣੇ ਗਰੀਬ ਨੇ, ਕਿਸਾਨ ਨੇ, ਹੋਰ ਨੇ, ਜਿਹੜੇ ਖੁਦਕੁਸ਼ੀਆਂ ਕਰਦੇ ਨੇ, ਇਹਨਾਂ ਨੂੰ ਬਚਾ ਲੈਂਦੇ ਪੈਸੇ ਨਾਲ, ਉਹ ਫਿਰ ਵੀ ਕਿਸੇ ਗੁਰੂ ਵਾਲਿਆਂ ਨੂੰ, ਜੇ ਤੁਸੀਂ ਦੁਆ ਨਹੀਂ ਬਚਾਉਣਾ, ਗੁਰੂ ਵਾਲਿਆਂ ਨੂੰ ਬਚਾ ਲੈਂਦੇ, ਤੁਸੀਂ ਤਾਂ ਉਹ ਵੀ ਨਹੀਂ ਕੰਮ ਕੀਤਾ। ਈਸਾਈ ਕਿੱਥੋਂ ਆ ਕੇ ਸਾਡੇ ਲੋਕਾਂ ਨੂੰ ਦਵਾਈਆਂ ਦਿੰਦੇ ਨੇ, ਈਸਾਈ ਬਣਾਈ ਜਾਂਦੇ ਨੇ, ਤੁਹਾਡੇ ਮੁੰਡੇ ਮੋਨੇ ਹੋ ਕੇ ਆਪਣੇ ਘਰ ਦੇ ਸਿੱਖੀ ਛੱਡ ਕੇ, ਇਹ ਕਾਰਨ ਕੀ ਹੈ? ਗੁਰਦੁਆਰੇ ਪੱਕੇ ਹੈਗੇ, ਸਿੱਖ ਕੱਚੇ, ਗੁਰਦੁਆਰੇ ਕੱਚੇ ਤੇ ਸਿੱਖ ਪੱਕੇ ਤੇ, ਗੁਰਦੁਆਰੇ ਕੱਚੇ ਤੇ ਸਿੱਖ ਪੱਕੇ ਤੇ, ਗੁਰਦੁਆਰੇ ਪੱਕੇ ਹੋ ਗਏ, ਸਿੱਖ ਕੱਚੇ ਹੋ ਗਏ। ਵਾਹ ਵਾਹ ਵਾਹ, ਇਹਦਾ ਵਾਲਾ ਗੁਰਦੁਆਰੇ ਪੱਕੇ ਆ, ਗੁਰਦੁਆਰੇ ਬਣਾਉਣਾ ਗਲਤੀ ਸੀ, ਆ ਪੱਥਰ ਲਾਉਣਾ, ਸੋਨਾ ਲਾਉਣਾ ਗਲਤੀ ਹੈ, ਜੜ ਤਾਂ ਇਹ ਨਿਕਲਦਾ।
ਜੇ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ, ਹੁਣ ਗੁਰਦੁਆਰੇ ਪੱਕੇ ਨੇ ਸਿੱਖ ਕੱਚੇ ਨੇ, ਤਾਂ ਜਿਹੜੇ ਕਾਰਸੇ ਵਾਲੇ ਗੁਰਾਂ ਨੇ ਗੁਰਦੁਆਰੇ ਬਣਾਏ ਨੇ ਉਹ ਕੱਚੇ ਸਿੱਖ ਸੀ, ਆਪ ਸਿੱਖ ਨਹੀਂ ਸੀ ਉਹ। ਉਹ ਵੀ ਗੱਡੀਆਂ 'ਚ ਹੋਣ ਵਾਸਤੇ ਹੀ ਬਣਾਏ ਤੇ ਨਾਲੇ ਮੁੱਝ ਪੈਸੇ ਲਾਈ ਜਾਵਾਂਗੇ, ਅੱਛਾ ਕਰਾਂਗੇ, ਨਹਾਉਣ ਵਾਲੇ ਹੋਊ, ਇੱਦੋਂ ਜ਼ਿਆਦਾ ਕੀ ਸੀ ਦੱਸੋ। ਪੈਸਾ ਸੰਗਤ ਦਾ, ਰਹਿਤ ਸੰਗਤ ਦੀ, ਦੁੱਧ ਉੱਥੋਂ ਇਕੱਠਾ ਕਰਨਾ ਕਿ ਉਹ ਤੁਸੀਂ ਵੇਚਣਾ ਗੁਰਦੁਆਰੇ ਲਿਆ ਕੇ, ਲੰਗਰ ਦੀ ਚੀਜ਼ ਲਿਆ ਕੇ ਵੇਚਣੀ ਹੈ, ਦਾਣੇ ਉਹਨਾਂ ਦੇ ਲਿਆਉਣੇ ਨੇ ਇਕੱਠੇ ਕਰਕੇ, ਉਹਦਾ ਵਿਚਾਰੇ ਦਾ ਚਾਹੇ ਕਿਸ਼ਤ ਨਾ ਭਰ ਹੁੰਦੀ ਹੋਵੇ, ਜ਼ਬਰਦਸਤੀ ਲੈ ਕੇ ਆਉਣੇ ਨੇ। ਤੁਸੀਂ ਗੱਡੀਆਂ ਤੇਲ 'ਚ ਫੂਕ ਦੇਣੇ, ਨਵੀਆਂ ਗੱਡੀਆਂ ਲਈ ਜਾਣੀਆਂ ਨੇ, ਕਾਹਤੇ ਪੈਦਲ ਤੁਰੋ, ਸੰਦ ਗੱਡੀਆਂ 'ਚ ਫਿਰਦੇ ਹੁੰਦੇ ਨੇ। ਕਾਰ ਸੇਵਾ ਨਹੀਂ ਸੀ ਇਹ, ਐਸ਼ ਪ੍ਰਸਤੀ ਦਾ ਪ੍ਰਪੰਚ ਸੀ, ਝੂਠੀ ਸੋਭਾ ਦਾ ਪ੍ਰਪੰਚ ਸੀ ਇਹ ਸਾਰਾ। ਉਹਦਾ ਰਿਜ਼ਲਟ ਕੀ ਹੋਇਆ ਕਿ ਗੁਰਦੁਆਰੇ ਬਣਾ ਵੀ ਲਏ, ਚੜਾਵਾ ਵੱਧ ਗਿਆ, ਚੜਾਵਾ ਵੱਧ ਗਿਆ ਅਤੇ ਕਰਪਸ਼ਨ ਵੱਧ ਗਈ, ਗੁਰਦੁਆਰਿਆਂ 'ਚ ਕਰਪਸ਼ਨ ਆ ਗਈ, ਅਤੇ ਕਰਪਸ਼ਨ ਆ ਗਈ, ਬੇਈਮਾਨੀ ਆ ਗਈ, ਜ਼ਿਆਦਾ ਪੈਸਾ ਆਇਆ ਮਾਇਆ, ਜੇ ਜ਼ਿਆਦਾ ਹੋਊ ਤਾਂ ਬੇਈਮਾਨੀ ਹੋਣੀ ਹੈ, ਅਤੇ ਫਿਰ ਆ ਤਾਂ ਬੇਈਮਾਨੀ ਪਈ, ਨੁਕਸਾਨ ਤਾਂ ਗੁਰਮਤਿ ਨੂੰ ਹੋਇਆ। ਸਾਧ ਗੁਰਦੁਆਰਿਆਂ 'ਚ ਬਾੜੇ, ਸਿੱਖੀ ਦਾ ਭੋਗ ਭਾਤਾ ਸਾਧਾਂ ਨੇ, ਸਰਾਵਾਂ ਬਣਾਈਆਂ, ਉੱਥੇ ਕੀ ਹੁੰਦਾ ਰੋਜ਼, ਜਿਹੜੀਆਂ ਖਬਰਾਂ ਆਉਂਦੀਆਂ ਸਰਾਵਾਂ 'ਚ ਜਾ ਕੇ ਠਹਿਰਦੇ ਨੇ, ਐਂ ਹੋਇਆ ਫਲਾਨਾ ਹੋਇਆ, ਦਿੰਦੇ ਨਹੀਂ, ਜੇ ਨਾ ਬਣਾਉਂਦੇ ਫਿਰ ਨਹੀਂ ਸਰਦਾ, ਬਣਾਉਂਦੇ ਹੀ ਨਾ। ਉਹ ਇਹ ਪੈਸਾ ਉਹਨਾਂ ਨੂੰ ਗਰੀਬਾਂ ਨੂੰ ਦੇ ਦਿੰਦੇ ਜਿਹੜੇ ਆਤਮ ਹੱਤਿਆ ਕਰਦੇ ਨੇ, ਉਹਨਾਂ ਨੂੰ ਬਚਾ ਲੈਂਦੇ, ਉਹਨਾਂ ਨੂੰ ਕਿਉਂ ਬਚਾਉਂਦੇ, ਗਰੀਬ ਤਾਂ ਇਹਨਾਂ ਨੇ ਆਪ ਕੀਤੇ ਨੇ, ਕਰਜ਼ਾ ਚੜ੍ਹਾ ਚੜ੍ਹਾ ਕੇ, ਬਾਦਲ ਨੇ ਵਾਲੇ ਨੇ, ਕਾਂਗਰਸ ਨੇ, ਦੋਵੇਂ ਸਿੱਖ ਸੀਗੇ, ਤੁਸੀਂ ਤਾਂ ਆਪ ਕੀਤੇ ਨੇ ਗਰੀਬ ਸਿੱਖ, ਕਹਿੰਦੇ ਤੇ ਅਸੀਂ ਸਿੱਖਾਂ ਦਾ ਰਾਜ ਕਰਨਾ, ਸਿੱਖਾਂ ਦਾ ਸੂਬਾ ਬਣਾਉਣਾ, ਸਿੱਖਾਂ ਨੂੰ ਪਤਾ ਨਹੀਂ, ਜਦੋਂ ਤਾਂ ਪੰਜਾਬੀ ਸੂਬਾ ਬਣਿਆ ਜਦ ਤਾਂ ਡਾਊਨ ਗਿਆ ਪੰਜਾਬ, ਸਿੱਖਾਂ ਦੀ ਹਾਲਤ ਡਾਊਨ ਗਈ ਹੈ, ਡਾਊਨ ਕਿਉਂ ਗਈ ਹੈ, ਜਦ ਤੋਂ ਪੰਜਾਬੀ ਸੂਬਾ ਬਣਿਆ ਜਦ ਤੋਂ ਡਾਊਨ ਗਈ ਹੈ, ਕਿਉਂ ਗਈ, ਬਣਾਉਣ ਵਾਲੇ ਸਿੱਖ ਨਹੀਂ ਸੀ, ਬੇਈਮਾਨ ਸੀ, ਚਾਹੁੰਦਾ ਕਹਿੰਦੇ ਕੁਛ ਹੋਰ ਸੀ, ਚਾਹੁੰਦੇ ਕੁਛ ਹੋਰ ਸੀ, ਮੂੰਹ ਦੇ ਵਿੱਚ ਖੋਰ ਸੀ, ਮਨ ਵਿੱਚ ਕੁਛ ਹੋਰ ਸੀ, ਉਹ ਤਾਂ ਸਾਰਾ ਜ਼ਾਹਰ ਹੋ ਗਿਆ। ਹੁਣ ਤਾਂ ਇਹਨਾਂ ਦੇ ਰਾਜ ਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਉਹ ਬੇਅਦਬੀ ਹੋ ਗਈ, ਉਹਦਾ ਬਿਲਡਿੰਗ ਹੇਠੇ ਹੀ ਸੀ, ਚਲੋ ਭਾਈ ਤਾਂ ਗੁਰੂ ਨਾਲੇ ਕੁਛ ਹੋ ਗਿਆ ਇਹਨਾਂ ਦੇ ਰਾਜ 'ਚ, ਇਹਨਾਂ ਦੀ ਪੁਲਿਸ ਨੇ ਕੁਛ ਨਹੀਂ ਕੀਤਾ, ਇਹਨਾਂ ਨੇ ਆਪ ਨੇ ਕੁਛ ਕੀਤਾ, ਜਿਹਨੇ ਕਰਵਾਇਆ ਉਹ ਇਹਨਾਂ ਦਾ ਆੜੀ ਹੈ ਸਰਸੇ ਵਾਲਾ। ਇਹ ਸਿਰਫ ਇਹਨਾਂ ਦਾ ਜਿਹੜਾ ਪੜਦਾ ਸੀ ਨਾ ਉਹ ਨੰਗਾ ਹੋਇਆ, ਅਦਾਲਤ 'ਚ ਕੁਛ ਹੋਵੇ ਨਾ ਹੋਵੇ ਛੱਡੋ ਪਰੇ, ਝੂਠੀ ਅਦਾਲਤ ਨਾ ਹੋਵੇ ਹੋਵੇ, ਜਿਹੜੇ ਗੁਰੂ ਕੀ ਸੰਗਤ ਉਹਦੇ ਮਨ 'ਚ ਤਾਂ ਆ ਗਿਆ ਨਾ ਵੀ ਇਹ ਕੀ ਨੇ,
ਉਹਨੂੰ ਤਾਂ ਪਤਾ ਲੱਗ ਗਿਆ ਨਾ, ਉਹਨੂੰ ਪਤਾ ਲੱਗ ਗਿਆ, ਗੁਰੂ ਨੂੰ ਪਤਾ ਲੱਗ ਗਿਆ, ਗੱਲ ਖਤਮ ਹੋਈ। ਇੱਦੋਂ ਬੜੀ ਸਜ਼ਾ ਹੀ ਨਹੀਂ ਕੋਈ ਹੋਰ। ਜਾਂ ਸੰਗਤ ਦੇ ਮਨੋਂ ਲੈ ਗਏ, ਗੁਰੂ ਦੇ ਮਨੋਂ ਲੈ ਗਏ ਜਿਹੜੇ, ਉਦੋਂ ਬੜੀ ਸਜ਼ਾ ਕੀ ਹੋ ਸਕਦੀ ਹੈ? ਸਰਕਾਰ ਕੀ ਸਜ਼ਾ ਦੇ ਦੂ? ਦੇਵੇ ਨਾ ਦੇਵੇ ਕੀ ਫਰਕ ਪਊ ਉਹਦੇ ਨਾਲ? ਉਹ ਕੋਈ ਸਜ਼ਾ ਮੈਂ ਨਹੀਂ ਰੱਖਦੀ। ਜਿਹੜੇ ਗੁਰੂ ਦੇ ਮਨੋਂ ਲੈ ਗਏ, ਗੁਰੂ ਦੇ ਸੰਗਤ ਦੇ ਮਨੋਂ ਲੈ ਗਏ, ਇਹਨਾਂ ਨੂੰ ਵੋਟਾਂ ਦਿੱਤੀਆਂ, ਮਰਜ਼ੀ ਹੈ ਚਾਹੇ ਪੰਥ ਨੂੰ ਵੋਟ ਦੇਣੀ ਹੈ, ਉਹ ਲੋਕਾਂ ਨੇ ਉਹਨਾਂ ਨੇ ਆਹ ਕੁਛ ਕੀਤਾ, ਖੋਟ ਲੈ ਕੇ ਚੱਲੇ ਉਹਨਾਂ ਵਾਸਤੇ, ਸਿੱਖੀ ਦਾ ਭੋਗ ਪਾ ਦਿੱਤਾ, ਜਾਣ ਬੁੱਝ ਕੇ ਗਲਤ ਪ੍ਰਚਾਰ ਕੀਤਾ, ਬਾਈ ਸਾਲ ਦਾ ਪਤਾ ਇਹਨਾਂ ਨੂੰ, ਮੈਂ ਕਿਹਾ ਸੀ ਪ੍ਰਚਾਰ ਗਲਤ ਹੈ, ਕਰ ਲਈਏ ਆਪਾਂ ਰਾਏ ਇਹਨਾਂ ਦੇ ਨਾਲ ਦਿਆਂ ਨੇ, ਇਹਨਾਂ ਨੂੰ ਜਾਣੇ ਨਹੀਂ ਦਿੱਤਾ ਉੱਧਰ ਨੂੰ, ਵਾਹਿਗੁਰੂ ਵਾਹਿਗੁਰੂ ਵਾਲਿਆਂ ਨੇ, ਵੀ ਆਪਾਂ ਨੂੰ ਵੋਟਾਂ ਨਹੀਂ ਮਿਲਣੀਆਂ, ਅਸੀਂ ਅੱਡ ਹੋ ਜਾਵਾਂਗੇ, ਸਾਨੂੰ ਵੋਟਾਂ ਨਹੀਂ ਮਿਲਣੀਆਂ। ਫਿਰ ਵੋਟਾਂ ਦੀ ਇਹਨਾਂ ਨੂੰ ਭੁੱਖ ਸੀ, ਗੁਰੂ ਦੀ ਜਿਹੜੀ ਵਿਚਾਰਧਾਰਾ, ਸਿੱਖੀ ਦੀ ਭੁੱਖ ਨਹੀਂ ਸੀ, ਕੁਰਸੀ ਦੀ ਭੁੱਖ ਤਾਂ ਸੀ, ਸਿੱਖੀ ਦੀ ਭੁੱਖ ਨਹੀਂ ਸੀ। ਹੁਣ ਵੀ ਨਹੀਂ ਹੈ, ਸਿੱਖੀ ਦੀ ਭੁੱਖ ਹੁਣ ਵੀ ਨਹੀਂ। ਅਤੇ ਫਿਰ ਜਿਹਨੂੰ ਸਿੱਖੀ ਦੀ ਭੁੱਖ ਨਹੀਂ ਹੈ, ਉਹਨੂੰ ਸਿੱਖ ਲੀਡਰ ਮੰਨਣ, ਜੇ ਉਸ ਬੰਦੇ ਨੂੰ ਸਿੱਖ ਲੀਡਰ ਮੰਨਣ, ਕੀ ਉਹ ਲੀਡਰ ਮੰਨਣ ਵਾਲੇ ਸਿੱਖ ਹੈਗੇ? ਉਹ ਵੀ ਸਿੱਖ ਨਹੀਂ ਹੈ, ਹੋ ਨਹੀਂ ਸਕਦੇ ਉਹ ਸਿੱਖ ਹੋਣ, ਤਾਂ ਗੁਰੂ ਤੋਂ ਖਿਲਾਫ ਖੜੇ ਨੇ, ਤੁਸੀਂ ਕਹਿੰਦੇ ਹੋ ਸਿੱਖ ਨੇ। ਭਾਈ ਸਾਡੇ ਕਹਿਣਾ ਨਾ ਸਿੱਖ ਬਣਨੇ ਨੇ ਨਾ ਹਟਣੇ ਨੇ, ਉਹ ਤਾਂ ਉਹ ਉੱਪਰ ਵਾਲੇ ਦਾ ਸਿੱਖ ਹੈ, ਸਾਡਾ ਤਾਂ ਹੈ ਨਹੀਂ, ਸਿੱਖ ਤਾਂ ਗੁਰੂ ਦੇ ਨੇ। ਜੇ ਦਰਗਾਹ 'ਚ ਉਹ ਮਨਜ਼ੂਰ ਕਰੂ ਤਾਂ ਸਿੱਖ ਨੇ, ਉਹ ਕਰੂ ਜਾਂ ਨਾ ਕਰੂ ਪਤਾ ਆਪਾਂ ਨੂੰ ਪਤਾ ਹੀ ਹੈ। ਹੁਣ ਜਿਨ੍ਹਾਂ ਨੇ ਕੁਕਰਮ ਕੀਤੇ ਉਹਨਾਂ ਨੂੰ ਵੀ ਪਤਾ ਅਸੀਂ ਕੀਤੇ ਨੇ, ਗੁਰੂ ਮੰਨੂ ਨਾ ਮੰਨੂ, ਸੰਗਤ ਨੂੰ ਵੀ ਪਤਾ, ਇੰਨਾ ਹੀ ਬਹੁਤ ਹੈ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਬਸ ਮੀਣੇ ਮਥਾਨ ਧੀਰ ਮਲੀਏ ਰਾਮ ਰਹੀਏ, ਸਾਰੇ ਐਕਸਪੋਜ਼ ਹੋ ਗਏ, ਅੱਡ ਹੋ ਗਏ, ਹੁਣ ਖਾਲਸਾ ਨਿਆਰਾ ਹੋਊਗਾ ਇਹਨਾਂ 'ਤੇ। ਜਬ ਲੱਗ ਰਹੇ ਖਾਲਸਾ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ, ਜੇ ਜਾਗ ਨਾ ਲੱਗਦਾ ਤਾਂ ਦੁੱਧ ਫੜਦਾ ਵੀ ਨਹੀਂ ਸੀ, ਦਹੀਂ ਜੰਮਦਾ ਵੀ ਨਹੀਂ ਸੀ, ਜਾਂ ਦਹੀਂ ਜੰਮੂ ਤਾਂ ਪਾਣੀ ਅਲੱਗ ਹੋ ਜਾਣਾ। ਪਾਣੀ ਕਿੱਥੋਂ ਆਉਂਦਾ? ਦਹੀਂ ਦੇ ਵਿੱਚ, ਦੁੱਧ 'ਚ ਵੀ ਹੈ, ਪਾਣੀ ਅਲੱਗ ਹੋ ਜਾਣਾ, ਇਹ ਪਾਣੀ ਹੈ, ਦਹੀਂ ਦਹੀਂ ਸਿੱਖੀ ਰਹਿ ਜਾਣੀ ਹੈ। ਉਹਦੇ ਤਾਂ ਤੱਤ ਨਿਕਲੂ ਕਿ ਉਹ ਤਾਂ ਉਹ ਜਦੋਂ ਪਾਣੀ ਜੋ ਨਹੀਂ ਕੋਈ ਨਿਕਲਣਾ, ਪਾਣੀ ਉਹ ਨਹੀਂ ਹੁੰਦਾ, ਜਿਹੜਾ ਦਹੀਂ ਰਹਿ ਜਾਊ ਨਾ ਸਾਡਾ, ਉਹਦੇ ਵਿੱਚ ਇਹੋ ਜਿਹਾ ਕੁਛ ਹੈ ਤੱਤ, ਉਹਨੂੰ ਬਲੋਣਾ ਦਹੀਂ, ਉਹ 'ਚੋਂ ਮੱਖਣ ਖਾਣਾ, ਉਹ 'ਚੋਂ ਮੱਖਣ ਮਿਲਣਾ। ਕ੍ਰਿਤ ਕਰਨ ਦੱਦ ਮੱਥੇ ਸਿਆਣ, ਸਿਆਣੇ ਲੋਕ ਦਹੀਂ ਰੜਕਦੇ ਨੇ ਜੇ ਘਿਓ ਚਾਹੀਦਾ, ਪਾਣੀ ਨਹੀਂ ਰੜਕਦੇ। ਗੁਰਬਾਣੀ ਨੂੰ ਵਿਚਾਰੋ, ਜੇ ਤੱਤ ਗਿਆਨ ਚਾਹੀਦਾ, ਗੁਰਦਾਸ ਦੀਆਂ ਬਾਰਾਂ 'ਚ ਕੀ ਰੱਖਿਆ, ਤੁਹਾਡੇ ਇਤਿਹਾਸ 'ਚ ਕੀ ਰੱਖਿਆ, ਉੱਥੇ ਕੀ ਹੈ, ਕੀ ਲੈਣ ਜਾਂਦੇ? ਉੱਥੇ ਗੁਰਬਾਣੀ ਤੋਂ ਦੂਰ ਭੱਜਣ ਖਾਤਰ ਜਾਂਦੇ ਹਾਂ।
ਗੁਰਬਾਣੀ ਬਰਦਾਸ਼ਤ ਨਹੀਂ ਹੁੰਦੀ ਸੁਣਨੀ, ਸਾਡੇ ਕਰਮ ਸਹੀ ਨਹੀਂ, ਇਤਿਹਾਸ ਸੁਣਦੇ ਸਵਾਦ ਲੱਗਦਾ। ਇਤਿਹਾਸ ਖੋਟੇ ਬੰਦਿਆਂ ਦਾ ਇਤਿਹਾਸ ਹੈ, ਜਿਹੜੇ ਖੋਟੇ ਨੇ ਨਾ, ਖੋਟੇ ਸਿੱਖ ਸੀ, ਇਤਿਹਾਸ ਤਾਂ ਉਹਨਾਂ ਦਾ ਮਿਸਲਾਂ ਵਾਲੇ ਤਾਂ ਖੋਟੇ ਦੇ ਸਾਰੀ ਖੋਟਿਆਂ ਦੇ ਬਾਣਾ ਲਹਾਇਆ ਸੀ, ਜਿਹੜਾ ਮਿਸਲ ਦਾਰ ਸੀ ਸਭ ਦਾ ਬਾਣੇ ਲਹਾਇਆ ਨੇ, ਬਾਣਾ ਨਹੀਂ ਪਾਉਣ ਦਿੱਤਾ। ਅਤੇ ਫਿਰ ਬਾਣਾ ਉਹ ਤਾਂ ਫਿਰ ਅੰਦਰੋਂ ਤਾਂ ਬੈਰੇ ਕਰ ਦਿੱਤੇ ਸਾਡੇ, ਜਾਂ ਬਾਣਾ ਲਹਾ ਲਈਏ ਗੁਰੂ ਵਾਲਾ, ਜੇ ਰਾਜਕਾਰਨ ਗੁਰੂ ਵਾਲਾ ਬਾਣਾ ਲਾ ਦੇ ਫਿਰ ਤੈਨੂੰ ਚੰਗਾ ਸਮਝੋ, ਸਾਨੂੰ ਕਿਵੇਂ ਚੰਗਾ ਸਮਝਦੇ ਵੀ ਮਿਸਲਾਂ ਵਾਲੇ। ਅੰਦਰੋਂ ਬੈਰ ਸੀ, ਰਣਜੀਤ ਸਿੰਘ ਉਹਦੇ ਹੱਥ ਨਾਲ ਰਸਤ ਨਹੀਂ ਸੀ ਲੈਂਦੇ, ਸਿੰਘ ਜ਼ਹਿਰ ਪਾ ਕੇ ਦੇ ਦੂ, ਆਪ ਚੁੱਕ ਕੇ ਲਿਆਉਂਦੇ ਤੇ ਬੋਰੀਆਂ ਮੋਦੀ ਖਾਨੇ 'ਚੋਂ ਅਲਟ ਪਲਟ ਕਰਕੇ, ਜਿੱਥੋਂ ਸਾਰੀ ਫੌਜ ਦਾ ਰਾਸ਼ਨ ਸੀ। ਭਰੋਸਾ ਇੰਨਾ ਨਹੀਂ ਸੀ ਇਹਦੇ 'ਤੇ ਰਣਜੀਤ ਸਿੰਘ, ਜਿਹਨੂੰ ਕਹਿੰਦੇ ਮਹਾਰਾਜਾ, ਇਹਨਾਂ ਦਾ ਉਹ ਮਹਾਰਾਜਾ ਮੀਣਿਆਂ ਦਾ, ਸਾਡਾ ਤਾਂ ਕਾਣਾ ਸੀ, ਇਹਦਾ ਕਾਣਾ ਕਹਿੰਦੇ ਤੇ। ਇਹ ਹਾਲਤ ਰਹੀ ਹੈ ਪਿੱਛੇ, ਭਗਤ ਜੁਗੋ ਜੁਗ ਪੈਦਾ ਹੁੰਦੇ ਰਹੇ ਨੇ, ਪਰ ਚੁੰਗਲੀ ਜੈਗੜ ਪੰਕਾ ਪਾਈ ਵਾਲੀ ਕਹਾਣੀ ਕਿਸੇ ਨੇ ਵੀ ਨਹੀਂ ਦੱਸੀ। ਕੋਈ ਦੱਸ ਨਾ ਦੇਵੇ, ਜਿੱਦਣ ਇਹ ਦੱਸਤੀ, ਇਹ ਪ੍ਰਗਟ ਹੋ ਗਈ, ਦੁਨੀਆਂ ਨੇ ਫੜ ਲਈ, ਉਦਣ ਹੀ ਭਾਰਤ ਵਿਸ਼ਵ ਗੁਰੂ ਹੋ ਜੂ। ਵਿਸ਼ਵ ਗੁਰੂ ਤਾਂ ਹੋਇਆ ਹੋਇਆ ਸੀ, ਵਿਸ਼ਵ ਗੁਰੂ ਤਾਂ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਅੱਠਵੀਂ ਮੰਜ਼ਿਲ 'ਤੇ, ਪਰ ਉਹਨੂੰ ਦੱਸੇ ਕੌਣ ਵੀ ਇਹ ਚਾਹ ਲਿਖਿਆ ਹੋਇਆ? ਉਹ ਕਹਿੰਦੇ ਆਓ ਕੋਈ ਦੱਸੋ ਕੀ ਕਹਿੰਦਾ ਇਹ। ਇਹ ਕਹਿੰਦਾ ਗੁਰੂ ਹੈ। ਅੱਛਾ, ਗੁਰੂ ਦੱਸ ਨਹੀਂ ਸਕਦਾ, ਗੁਰੂ ਤਾਂ ਬੋਲਦਾ ਹੁੰਦਾ, ਉਹ ਤਾਂ ਬੋਲਦਾ ਹੈ ਨਹੀਂ, ਫਿਰ ਉਹ ਸਮਝਾ ਦਿੰਦਾ ਜੇ ਗੁਰੂ ਹੈ। ਗੁਰੂ ਆਪਣੇ ਅੰਦਰ ਕੀ ਹੈ ਸਮਝਾਉਂਦਾ ਨਾ, ਜਿਹੜਾ ਆਪਣੇ ਅੰਦਰ ਦੀ ਗੱਲ ਸਮਝਾ ਨਹੀਂ ਸਕਦਾ ਗੁਰੂ ਨਹੀਂ ਹੋ ਸਕਦਾ। ਮੂਰਖਾਂ ਦਾ ਗੁਰੂ ਤਾਂ ਹੋ ਸਕਦਾ, ਮੂਰਖਾਂ ਦਾ ਗੁਰੂ ਤਾਂ ਹੋ ਸਕਦਾ, ਖਾਲਸੇ ਦਾ ਗੁਰੂ ਨਹੀਂ ਹੋ ਸਕਦਾ। ਪੋਥੀ ਸਾਹਿਬ ਹੈ ਉਹ, ਪੋਥੀ ਸਾਹਿਬ ਹੀ ਰਹੂਗਾ। ਪੋਥੀ ਸਾਹਿਬ ਦੇ ਵਿੱਚ ਅੱਖਰ ਨੇ, ਅੱਖਰ ਤੁਹਾਨੂੰ ਬੁਲਾਉਣਗੇ, ਜੋ ਗੁਰੂ ਬੋਲੇ ਉਹਨਾਂ ਤੋਂ ਅੱਖਰ ਆਏ ਨੇ। ਪਰਮੇਸ਼ਰ ਦਾ ਥਾਨ ਹੈ, ਜਿਹਨੂੰ ਤੁਸੀਂ ਗੁਰੂ ਹੈ ਗੁਰਦੇਵ ਕਹਿੰਦੇ ਹੋ, ਉਹ ਤੁਹਾਨੂੰ ਸਮਝਾਊਗਾ ਵੀ ਜੇ ਲਿਖਿਆ ਹੋਇਆ ਆਏ, ਉਹ ਬੰਦਾ ਹੀ ਹੋਊਗਾ ਅਤੇ ਹੁਣ ਤਾਂ ਸਿੱਖਾਂ ਨੇ ਕਿਉਂ ਨਾ ਫਿਰ ਦੱਸੀ ਗੱਲ, ਗੁਰੂ ਤੋਂ ਪੁੱਛ ਕੇ, ਗੁਰੂ ਤੋਂ ਪੁੱਛ ਲੈਂਦੇ ਜੇ ਗੁਰੂ ਹੈ। ਜਿਹੜਾ ਕਹਿੰਦਾ ਨਾ ਗੁਰੂ ਆ, ਪੁੱਛਿਆ ਕਿਉਂ ਨਾ ਉਹ ਤਾਂ ਹੁਣ ਤੱਕ ਆਹ ਜਿਹੜੀ ਗੱਲ ਕਬੀਰ ਕਹਿੰਦਾ, ਕਿਉਂ ਨਹੀਂ ਜਗੜ ਬੰਕਾ ਪਾਈ, ਦੋਏ ਵਾਰ ਕੋਟ ਔਰ ਤੇ ਵਾਰ ਖਾਈ, ਇਹ ਗੁਰੂ ਤੋਂ ਪੁੱਛਦੇ ਵੀ ਇਹ ਕੀ ਹੈ, ਕਬੀਰ ਨੇ ਲਿਖਿਆ, ਕਿਉਂ ਨਾ ਪੁੱਛਿਆ ਜੇ ਗੁਰੂ ਹੈ, ਜਾਂ ਫਿਰ ਚਾਹੁੰਦੇ ਨਹੀਂ, ਜਾਂ ਖੁਦ ਚਾਹੁੰਦੇ ਨਹੀਂ ਆ ਵੀ ਇਹ ਤਾਂ ਪੁੱਛਣੀ ਨਹੀਂ ਗੱਲ, ਇਹ ਤਾਂ ਗੱਲ ਯਾਰ ਨਹੀਂ ਕਰਨੀ, ਫਿਰ ਤਾਂ ਖਿਲਾਫ ਵਾਲਿਆਂ ਨਾਲ ਖੜ੍ਹੇ ਹੋ ਤੁਸੀਂ। ਕੋਈ ਵੀ ਬਹਾਨਾ ਨਹੀਂ ਚੱਲਣਾ ਕਿਸੇ ਦਾ, ਸਭ ਦਾ ਅੰਦਰ ਕੀ ਹੈ, ਸਭ ਜ਼ਹਿਰ ਹੈ, ਜੋ ਜੋ ਕਰਮ ਕੀਤੇ ਨੇ ਸਭ ਦਾ ਪਤਾ, ਜੋ ਸੋਚ ਰਿਹਾ ਸਭ ਦਾ ਪਤਾ, ਸਾਰੇ ਨੰਗੇ ਐਕਸਪੋਜ਼ ਹੋ ਜਾਣੇ ਨੇ।
ਦੱਸੇ ਕੋਈ ਬੋਲੇ ਆਹ ਗੱਲ ਲਿਖੀ ਸੀ ਕਿਉਂ ਨਹੀਂ ਪੁੱਛੀ ਤੁਸੀਂ ਆਹ ਕਹੋ ਸਾਡੇ ਸਮਝ ਨਹੀਂ ਆਈ ਫਿਰ ਤੁਸੀਂ ਕਿਹੜੀ ਗੱਲ 'ਤੇ ਕਹਿੰਦੇ ਅਸੀਂ ਸੰਤਾਂ ਕਿਹੜੀ ਗੱਲ 'ਤੇ ਕਹਿੰਦੇ ਅਸੀਂ ਖਾਲਸਾ ਖਾਲਸਾ ਤਾਂ ਉਹ ਪ੍ਰੇਮ ਭਗਤ ਜੀ ਨੇ ਜਾਣੀ ਤੁਸੀਂ ਕਿਵੇਂ ਕਿਹਾ ਸੀ ਖਾਲਸਾ ਉਹਦਾ ਜਵਾਬ ਦਿਓ ਤਾਂ ਖਾਲਸਾ ਤੁਹਾਡੇ ਵਰਗਾ ਸੀ ਇਹਦਾ ਮਤਲਬ ਖੋਟਾ ਜੇ ਖੋਟਾ ਖਾਲਸਾ ਸੀ ਤਾਂ ਖਾਲਸਾ ਤਾਂ ਗੁਰੂ ਆਪ ਕਹਿੰਦਾ ਖਾਲਸਾ ਮੈਂ ਪਹਿਲਾਂ ਮੇਰਾ ਰੂਪ ਹੈ ਖਾਲਸਾ ਮੇਰਾ ਹੀ ਖਾਸ ਰੂਪ ਖਾਲਸਾ ਅਤੇ ਉਹ ਵੀ ਖੋਟਾ ਹੀ ਸੀ ਗੁਰੂ ਜੇ ਹੁਣ ਵਾਲਾ ਖਾਲਸਾ ਨਾਲ ਮਿਲਾਈਏ ਗੁਰੂ ਨੂੰ ਤਾਂ ਖੋਟਾ ਹੀ ਹੈ ਫਿਰ ਖਰਾ ਕਿਵੇਂ ਜੇ ਉਹ ਖਰਾ ਫਿਰ ਤੁਸੀਂ ਖਾਲਸਾ ਨਹੀਂ ਜੇ ਤੁਸੀਂ ਖਾਲਸਾ ਤਾਂ ਉਹ ਖੋਟਾ ਤਾਂ ਹੀ ਕਹੋਗੇ ਜਿੰਨੀ ਖੋਟ ਤੁਹਾਡੇ ਚੱਜ ਵੀ ਹੈ ਇਹ ਗੁਰੂ ਦੀ ਨਿੰਦਿਆ ਹੋ ਰਹੀ ਹੈ ਹੁਣ ਨਿੰਦਿਆ ਕਰਵਾ ਰਹੇ ਨੇ ਨਿੰਦਿਆ ਨਹੀਂ ਗੁਰੂ ਦੀ ਦੂਏ ਧਰਮ ਵਾਲਾ ਤਾਂ ਕਰੂ ਹੈ ਮੇਰਾ ਧਰਮ ਹੋਰ ਹੈ ਮੈਂ ਕਹੂੰ ਵੀ ਜੇ ਤੁਸੀਂ ਖਾਲਸਾ ਹੋ ਭਾਈ ਤੁਹਾਡੇ ਬਾਰੇ ਤੁਹਾਡਾ ਗੁਰੂ ਸੀ ਫਿਰ ਜਦ ਤੁਸੀਂ ਨਾਨਕ ਕਹਿੰਦਾ ਹੈ ਆਪਣੇ ਆਪ ਨੂੰ ਗੁਰੂ ਅਮਰਦਾਸ ਤਾਂ ਨਾਨਕ ਦੇ ਬਰਾਬਰ ਦੀ ਬਾਣੀ ਲਿਖੀ ਹੈ ਉਹਨੇ ਨਾਨਕ ਦੇ ਬਰਾਬਰ ਦਾ ਗਿਆਨ ਹੈ ਨਾਨਕ ਦੇ ਬਰਾਬਰ ਦੀ ਡਿਊਟੀ ਕੀਤੀ ਹੈ ਨਾਨਕ ਦੇ ਬਰਾਬਰ ਦਾ ਪੰਥ ਚਲਾਇਆ ਗਾਂਹ ਦੀਵੇ ਨਾਲ ਦੀਵਾ ਲਾ ਕੇ ਦਿਖਾਇਆ ਅਮਰਦਾਸ ਰਾਮਦਾਸ ਨੇ ਕੰਮ ਵੀ ਕਰਕੇ ਦਿਖਾਇਆ ਨਾ ਤਾਂ ਹੀ ਨਾਨਕ ਹੈ ਤੁਸੀਂ ਖਾਲਸਾ ਕਹੋ ਉਹਨੂੰ ਕਰਕੇ ਦਿਖਾਓ ਉਹ ਕੰਮ ਜਿਹੜਾ ਉਹਨੇ ਕੀਤਾ ਨਹੀਂ ਤੁਸੀਂ ਖਾਲਸਾ ਕਿਵੇਂ ਕਹਾ ਲਉਂਗੇ ਆਪਾਂ ਪਰੇ 'ਚ ਗੱਲ ਕਰ ਰਹੇ ਹਾਂ ਆਦਮੀਆਂ ਦੇ ਵਿੱਚ ਗੱਲ ਜਾਇਜ਼ ਨਹੀਂ ਕਰ ਰਿਹਾ ਮੈਂ ਫਿਰ ਜਵਾਬ ਦੇਣਾ ਨਹੀਂ ਪਊ ਉਹਨਾਂ ਨੂੰ ਕਿਉਂ ਖਾਲਸਾ ਕਹਾਉਂਦੇ ਆ ਦੂਈ ਪਬਲਿਕ ਨਹੀਂ ਕਹਾਉਂਦੀ ਤੂੰ ਦੱਸ ਤੇਰੇ 'ਚ ਕੀ ਗੋਣਾ ਤੂੰ ਕਹਾਉਣਾ ਅਸੀਂ ਕਹਿੰਦੇ ਨਿੰਦਿਆ ਹੁੰਦੀ ਹੈ ਦਸਮ ਪਾਤਸ਼ਾਹ ਦੀ ਤੂੰ ਨਿੰਦਿਆ ਕਰਾ ਰਿਹਾ ਤੂੰ ਉਹਦੇ ਬਰਾਬਰ ਹੈ ਦਸਮ ਪਾਤਸ਼ਾਹ ਬਰਾਬਰ ਹੋਣਾ ਚਾਹੁੰਦਾ ਬਰਾਬਰ ਹੀ ਹੋਇਆ ਖਾਲਸਾ ਖਾਲਸਾ ਮੇਰੇ ਸਤਿਗੁਰ ਪੂਰਾ ਉਹ ਕਹਿੰਦਾ ਮੇਰਾ ਵੀ ਸਤਿਗੁਰ ਪੂਰਾ ਖਾਲਸਾ ਤਾਂ ਗੁਰੂ ਗੋਬਿੰਦ ਸਿੰਘ ਦਾ ਸਤਿਗੁਰ ਬਣਨਾ ਚਾਹੁੰਦੇ ਤੁਸੀਂ ਹੈ ਫਿਰ ਕੀ ਜਵਾਬ ਦੇਣਗੇ ਮੂੰਹ ਅੱਡ ਕੇ ਖਾਲਸੇ ਖਾਲਸੇ ਪਤਾ ਨਹੀਂ ਕੀ ਆਪਣੇ ਆਪ ਨੂੰ ਸਮਝਦੇ ਨੇ ਅਤੇ ਆਪਣੀ ਸ਼ਕਲ ਤਾਂ ਦੇਖ ਲਓ ਅੰਦਰ ਤਾਂ ਝਾਕ ਲਓ ਆਪਣਾ ਕੀ ਹੈ ਉਹ ਤੁਸੀਂ ਕਿੱਥੇ ਹੋ ਉਹਨੇ ਸਰਪੰਚ ਵਾਲਤਾ ਤੁਸੀਂ ਕੀ ਵਾਲਤਾ ਤੁਸੀਂ ਠੱਗੋ ਬਾਹਰੋ ਸਰਪੰਚ ਚੱਲ ਜੇ ਉਹਨੇ ਕੀਤਾ ਕਰਕੇ ਦਿਖਾਓ ਫਿਰ ਕਹਾ ਲਿਓ ਅਸੀਂ ਕਹਿ ਦਾਂਗੇ ਸਾਰੀ ਕਰਕੇ ਤਾਂ ਦਿਖਾਓ ਪਹਿਲਾਂ ਹੀ ਖਾਲਸਾ ਮੈਂ ਉਹ ਕਰੂੰ ਨਿਵਾਸ ਕਹਿੰਦਾ ਜੇ ਖਾਲਸਾ ਉਹ ਨਿਵਾਸ ਮੈਂ ਕਰੂੰ ਮੈਂ ਆਪੇ ਬੋਲੂੰ ਉੱਥੋਂ ਜੋ ਮੈਂ ਲਿਖ ਕੇ ਗਿਆ ਨਾ ਦਸ ਗੁਰਾਂ 'ਚ ਮੈਂ ਬੋਲੂੰ ਮੈਂ ਦੱਸੂੰਗਾ ਕੇ ਕੀ ਹੈ ਨਿਵਾਸ ਇਹੀ ਹੁੰਦਾ ਹੋਰ ਨਿਵਾਸ ਕੀ ਹੁੰਦਾ ਜਿੰਨਾ ਚਿਰ ਨਿਵਾਸ ਨਹੀਂ ਕਰੂਗਾ ਉਨਾ ਚਿਰ ਕਿਵੇਂ ਬੋਲੂਗਾ ਆਪ ਬੋਲੂਗਾ ਉਹ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਸਾਰਿਆਂ ਦੇ ਸਾਥ ਰਹਿ ਜੂਗਾ
ਸਮਰੱਥ ਹੈ ਉਹ, ਭਾਈ ਗੁਰੂ ਸਮਰੱਥ ਹੈ, ਅਸੀਂ ਤਾਂ ਸਮਰੱਥ ਹੈ ਨਹੀਂ, ਉਹ ਤਾਂ ਸਮਰੱਥ ਹੈ ਨਾ, ਉਹ ਤਾਂ ਕਰ ਸਕਦਾ ਕੰਮ। ਨਾਨਕ ਨੇ ਬੁਲਾਇਆ ਬੋਲਦਾ, ਗੁਰੂ ਨਾਨਕ ਵੀ ਬੁਲਾਇਆ ਬੋਲਦਾ, ਕਬੀਰ ਵੀ ਬੁਲਾਇਆ ਬੋਲਦਾ, ਦਸਮ ਪਾਤਸ਼ਾਹ ਵੀ ਕਹਿੰਦੇ ਬੁਲਾਇਆ ਬੋਲਦੇ, ਤੋਹੇ ਵਿਖਾਨੇ ਹੋ, ਮੈਂ ਨਾ ਕਹੋ ਸਭ ਤੋਹੇ ਵਿਖਾਨੇ ਹੋ, ਉਹੀ ਗੱਲ ਹੈ ਫਿਰ, ਮੈਂ ਨਹੀਂ ਕਹਿੰਦਾ ਕਿਹਾ ਕੁਛ ਵੀ, ਸਭ ਤੋਹੇ ਵਿਖਾਨੇ ਹੋ, ਤੈਂ ਵਿਖਾਨ ਕੀਤਾ, ਕੁਝ ਵੀ ਖਾਲਸਾ ਹੀ ਬੋਲਿਆ, ਚੀਜ਼ ਬੋਲਦਾ ਉਹੀ ਬੋਲਦਾ, ਜਦ ਬੋਲਦਾ ਉਹੀ ਬੋਲਦਾ, ਨਹੀਂ ਬੋਲ ਨਹੀਂ ਸਕਦਾ ਸਕਾਲੇ ਬੋਲਣਾ ਕਿਤੇ।